अस्सलाम वालेकुम, जहाँ भी होंगे खुश होंगे, आबाद होंगे, हंसते और मुस्कुराते होंगे। चलो आज का व्लॉग करते हैं शुरू। व्लॉग शुरू करने से पहले मेरे अदिल वाली व्लॉग को सब्सक्राइब, लाइक, शेयर, कमेंट जरूर कर दिया करे। राह च जाता पे असी बच्चा छलियाँ लै के आया उतों, तो पहली मैं फड़ी है, मैं क्या सही नहीं आया, दूजी फिर फड़ ली है। मेल थी आसम अंदर आए ने, लगता खेडन आए ने, लभिया नहीं कि नहीं साड़ी वेली ची फेर दे वो फिर भी ले ले भी नहीं चलती ही ले ले चाली ले ले तू तो दिल दे ले देखो कुत्ते देखो बना दा पर कुत्ते ते सही बना यार इना कड़ा वड़ना ये लकी हो गए ते पाए भी जांदे नहीं है ना तू ना ना वड़ी फेर नहीं लगे नहीं तू मार दीता ते लखा हो जाना बंदा फिर एक अद्धा नहीं होगी बस कर हो की बात कर बतेरी हो गई हाड़ पा दे इन गाले च ओ टंगे जिहड़ा हाड़ गया उहदे ओ गाले च हाड़ पा देना ठीक है कहना ओ जिहड़ा टंगिया जे उत्ते दो टंगे दो दो पार्टियां ने ना तां वा पा के इक दी गेड़ी लवानी कंज इधर दिन जावर ना छड़क दे इधर दिन सराक ता ने बल्ले बल्ले जे ਆਸਮ ਤੇ ਟੋਲਾ ਲੈ ਲੱਗਦਾ ਮੈਨੂੰ ਇਹ ਕੰਮ ਕਰਦਾ ਜੀ ਚਲਾ ਬੋਬੋ ਬੋਬੋ ਦਿਲਾਂ ਤੇ ਖੇਲਣਾ ਕੋਣ ਖੇਲਣਾ ਖੇਲਣਾ ਹੈ ਨਹੀਂ ਇਹਨੇ ਮੂੰਹ ਚੁੱਕ ਕੇ ਬੈਠਾ ਉਹਨੇ ਤਾਂ ਸ਼ਰਤ ਲਾਈ ਜਿਹੜਾ ਹਾਰ ਗਿਆ ਗੱਲ ਚਾਰ ਬਾਗ ਮੱਲੇ ਚ ਫਿਰਨਾ ਅਨਾਰ ਤੇ ਵੇਖੋ ਇੱਕ ਸਿਗਰਟ ਦਾ ਰੱਖਿਆ ਤੇ ਤਿੰਨ ਇਹ ਤੂੰ ਇੱਥੋਂ ਫੜ ਕੇ ਤੇ ਆਖੇਗਾ ਮੇਰਾ ਖੁੱਲ ਗਿਆ ਆਪਣੇ ਤਰ੍ਹਾਂ ਦਾ ਸਮਝੀ ਆਪਣੇ ਤਰ੍ਹਾਂ ਦਾ ਉਰਦੂ ਵਿੱਚ ਬੋਲਦੀ ਪੰਜਾਬੀ ਨਹੀਂ ਬੋਲਦੀ ਸਾੜੀ ਜੀ ਫੇਰਦੇ ਆ ਮਾੜਾ ਮਾੜਾ ਲੱਗਾ अगलूड़े लाया ਹਾਂ ਆਪਣੇ ਕੁੱਤੇ ਇਕੱਠੇ ਕਰ ਐ ਤੇ ਇਲਾ ਆਪਣੇ ਕੁੱਤੇ ਬਣਾ ਉਸਰੇ ਨੂੰ ਭੂੜ ਰਹੇ ਨੇ ਬਸ ਠੀਕ ਹੈ ਉਹ ਡਰ ਗਿਆ ਜੀ ਡਰ ਗਿਆ ਜੀ ਹਾਂਜੀ ਓਏ ਆ ਖੇਲੀ ਇੱਧਰ ਡਰ ਗਿਆ ਡਰ ਗਿਆ ਜੀ ਡਰ ਗਿਆ ਜੀ ਡਰ ਗਿਆ ਜੀ ਲੜਨ ਦੇ ਸਾਇਰ ਤੋਂ ਥੋੜੀ ਦੇਰ ਲੈ ਉਹਨਾਂ ਨਹੀਂ ਲੜਦੇ ਓਏ ਉਂਝ ਡਰ ਗਿਆ ਜਾ ਆ ਸਮ ਕੇਲਿਆਂ ਦਾ ਬੂਟਾ ਲੱਗਾ ਜੀ ਤੇ ਨਿੱਕੇ ਨਿੱਕੇ ਕੇਲੇ ਲੱਗੇ ਕੋਈ ਚੋਰੀ ਵੀ ਕਰ ਲੈਂਦੇ टंगीचा दो हार इधर ने एक टंगीचा गल च पैंदा जमील ते आसम लगे ने तड़ा तड़ा मेनू तो लगता है आसम दे पै जाना गल पता नहीं हूं पैंदा है कि नहीं हूं क्योंकि आसम का तीन चाहिए एकड़ा आ गया जमील का एकड़ा आ गया आसम दे दो आ गए झाड़ पाना जिहड़ा हार गया ठीक है एक कुत्ता लाए बड़ी टेंशन लगी टेंशन वेखी कुत्ती है भाई गेम फिलहाल जा रही है आसम वाल थोड़ी थोड़ी खुल गया भी खुल गई मुंडे का हूँ ही वेख लेंदा किंदा मरदा किंदा नहीं दो चार ऐ पर जोम नाल मुंडा लाए आए गया ही फिर आ गई थले अठ दाने चार दाने तीन ले अपनी मस्ती च लगे जिदा बोलते दौड़ आ गई एकड़ा आ गया वेख लेने नासी गया जी ओ भजदा ही आंदा ਕੀ ਨਗਦਾ ਲਾਇਆ ਸਾਨੂੰ ਕੀ ਇਦਾਂ ਮੈਂ ਵੀ ਨਾਲ ਹੜ ਪਾਣਾ ਪਤੋਂ ਵੀ ਅੰਡ ਤੇ ਹੜਿਆ ਉਹ ਨਹੀਂ ਉਹ ਨਹੀਂ ਉਹਨੇ ਸੁਣੀ ਗੱਲ ਉਹੜਾ
ਅਸਮ ਭੱਜ ਗਿਆ ਜੇ ਹਾੜ ਗਿਆ ਸੀ ਨਹੀਂ ਤੇ ਇਹਨੂੰ ਬੜਾ ਹਾੜ ਪਾਣੇ ਸੀ ਤੇ ਖੋਤੀ ਦੇ ਉੱਤੇ ਚਾੜ ਦੇਣਾ ਸੀ ਇਹਨੂੰ ਚਲੋ ਚੱਲਦੇ ਹਾਂ ਹੁਣ ਘਰ ਨੂੰ ਉਹ ਜਾਂਦਾ ਵਿਆਜ ਭੱਜਦਾ ਕਹਿੰਦਾ ਮੈਂ ਨੀ ਖੋਤੀ ਉੱਤੇ ਬਹਿਣਾ ਆਹ ਖੋਤੀ ਉੱਤੇ ਹੁਣ ਬਹਿਣਾ ਸੀ ਅਸੀਂ ਹਾੜ ਪਾ ਗਿਆ ਖੋਤੀ ਉੱਤੇ ਚਾੜ ਦੇਣਾ ਸੀ ਤੇ ਮੁਹੱਲੇ 'ਚ ਪੂਰਾ ਚੱਕਰ ਲਵਾਉਣਾ ਸੀ ਤੇ ਭੱਜ ਗਿਆ ਜੇ ਕਿਆ ਕਾਰੀਗਰੀ ਹੈ ਬਣਾਉਣੇ ਵਾਲੇ ਨੇ ਕਿਆ ਚੀਜ਼ ਬਣਾਈ ਹੈ ਵਾਹ ਟੈਲੈਂਟ ਦੀ ਕੋਈ ਕਮੀ ਨਹੀਂ ਮੁੰਡੇ 'ਚ ਆਦਮ ਕੀ ਹੋਇਆ ਸੀ ਉਦੋਂ ਜਿੱਤ ਗਿਆ ਸੀ ਤੈਨੂੰ ਖੋਤੀ ਉੱਤੇ ਜਦੋਂ ਪਾਣਾ ਨੀ ਨਾ ਤੈਨੂੰ ਬੜਾ ਮਜ਼ਾ ਆਉਣਾ ਸੀ ਹਾੜ ਪਾ ਕੇ ਬਾਦਲ ਕਾਫੀ ਜ਼ਿਆਦਾ ਬਣੇ ਨੇ ਅੱਜ ਫਿਰ ਥੋੜ੍ਹੀ ਥੋੜ੍ਹੀ ਬੂੰਦਾ ਮੰਦੀ ਵੀ ਹੋਈ ਜੀ ਨਹਾ ਕੇ ਡਰੈਸਿੰਗ ਚੇਂਜ ਕਰਨੇ ਕੱਪੜੇ ਚੇਂਜ ਕਰ ਲੈ ਨਹਾ ਕੇ ਹੋ ਗਿਆ ਡੈਡੀ ਹਾਂ ਯਾਰ ਫਿਰ ਮਾਰ ਇੱਧਰ ਆ ਇੱਧਰ ਆ ਹੁਣ ਕਿੱਧਰ ਜਾਣਾ ਗੱਲ ਨਹੀਂ ਸੁਣਦਾ ਪਿਆ ਜਦੋਂ ਦੀ ਨਗਦਾ ਹਾੜ ਕੇ ਆਇਆ ਨਾ ਗੱਲਬਾਤ ਨਹੀਂ ਸੁਣਦਾ ਪਿਆ ਹੁਣ ਪਤਾ ਮੈਨੂੰ ਖੋਤੀ ਉੱਤੇ ਨਾ ਯਾਦ ਦੇਣਾ ਮੇਰਾ ਅੱਜ ਦਾ ਬਲੌਗ ਅਮੀਰ ਖਾਨ ਤੁਹਾਨੂੰ ਪਸੰਦ ਆਇਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਲੋਕ ਨੂੰ ਮਿਲਾਂਗੇ ਅਗਲੇ ਬਲੌਗ 'ਚ ਨੈਕਸਟ ਬਲੌਗ 'ਚ ਤਬ ਤੱਕ ਲਈ ਅੱਲਾ ਹਾਫਿਜ਼।